ਸਾਡਾ ਨਾ ਕੋਈ ਖਾਸ ਝਗੜਾ ਨਹੀਂ ਹੈਗਾ ਸੀ ਸਾਡਾ ਕੋਈ ਭਰਾਵਾਂ ਭਰਾਵਾਂ ਦਾ ਥੋੜ੍ਹੀ ਬਹੁਤੀ ਐਵੇਂ ਜ਼ਮੀਨ ਦਾ ਉਹ ਪਹਿਲਾਂ ਵੀ ਨਿਬੜਿਆ ਸੀ ਕੁੱਲ ਮਿਲਾ ਕੇ ਤਾਂ ਬਸ ਐਵੇਂ ਕਿ ਬਣਤਰ ਜੀ ਗੱਲ ਬਣ ਗਈ ਹੈ ਜਿਹਦੇ 'ਚ ਮੈਨੂੰ ਬਦਨਾਮ ਕਰਨ ਵਾਸਤੇ ਜਿਹੜਾ ਇਹ ਸਾਜਿਸ਼ ਰਚੀ ਗਈ ਸੀ ਕੋਈ ਹੋਰ ਕੋਈ ਸਾਡੀ ਲੜਾਈ ਹੈ ਨਹੀਂ ਅੱਜ ਜੋ ਤੁਹਾਡਾ ਕੰਪਰੋਮਾਈਜ਼ ਹੋਇਆ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੀ ਬਰਾਦਰੀ ਦੇ ਆਗੂ ਜਿਵੇਂ ਮਲਕੀਤ ਹੀਰਾ ਜੀ ਬਾਬਾ ਮੋਹਨ ਸਿੰਘ ਜੀ ਜਗਿੰਦਰ ਸਿੰਘ ਸਰਪੰਚ ਹੁਸ਼ਿਆਰ ਸਿੰਘ ਸਰਪੰਚ ਵਗੈਰਾ ਦੇਸ ਮੇਘਾ ਰਾਏ ਅਤੇ ਸੁਰਿੰਦਰ ਕਾਮਰੇਡ ਜੀ ਹੋਰ ਕਾਫੀ ਜਿਹੜੇ ਸਾਡੇ ਨਿੱਜੀ ਬੰਦੇ ਸੀ ਉਹਨਾਂ ਨੇ ਆ ਕੇ ਸਾਡਾ ਨਾਲ ਸਮਝੌਤਾ ਕਰਵਾਤਾ ਹੈ ਜੋ ਉਹਨਾਂ ਨੇ ਸਾਡਾ ਫੈਸਲਾ ਕੀਤਾ ਸਾਨੂੰ ਮਨਜ਼ੂਰ ਹੈ ਉਹ ਜੀ ਸਾਡਾ ਝਗੜਾ ਜਿਹੜਾ ਹੋਇਆ ਸੀ ਸਾਡੇ ਰਿਸ਼ਤੇਦਾਰੀਆਂ ਦੇ ਵਿੱਚ ਸਾਡਾ ਇੱਕ ਭਰਾ ਹੈਗਾ ਮਲਕੀਤ ਸਿੰਘ ਹੀਰਾ ਹੁਸ਼ਿਆਰ ਸਿੰਘ ਅਤੇ ਸਰਪੰਚ ਇੱਥੋਂ ਦੇ ਇਕੱਠੇ ਹੋਏ ਅਤੇ ਸਾਡਾ ਸਮਝੌਤਾ ਮਾੜਾ ਮੋਟਾ ਹੋਇਆ ਅਤੇ ਉਹ ਹੁਣ ਸਮਝੌਤਾ ਕਰਾਤਾ ਇਹਨਾਂ ਨੇ ਇਹਨਾਂ ਜ਼ਿੰਮੇਵਾਰੀ ਚੱਕੀ ਹੈ ਮਲਕੀਤ ਹੀਰਾ ਜੀ ਅਤੇ ਹੁਸ਼ਿਆਰ ਨੇ ਸਰਪੰਚ ਨੇ ਵੀ ਅਸੀਂ ਉਹ ਜਿਹੜੀ ਜਿਹੜੀ ਬਕਾਇਆ ਚੀਜ਼ ਰਹਿੰਦੀ ਹੈ ਉਹ ਪੈੜੀ ਸਾਨੂੰ ਆਉਂਦੀ ਹੈ ਦੁਆਵਾਂ 'ਤੇ ਕੁਲ ਜੀ ਮੇਰੇ ਵੱਡੇ ਭਰਾ ਨੇ ਦੋਨੋਂ ਘਰ ਇਹੋ ਜਿਹੀ ਕੋਈ ਗੱਲ ਨਹੀਂ ਜਿਹਦਾ ਅਸੀਂ ਇਹਨਾਂ ਦਾ ਮਾੜਾ ਮੋਟਾ ਜੋ ਜ਼ਮੀਨ ਦਾ ਲੈਣ ਦੇਣ ਮਾਮਲਾ ਸੀਗਾ ਉਹ ਬਿਲਕੁਲ ਪੰਚਾਇਤੀ ਤੌਰ 'ਤੇ ਸਾਡੇ ਮੋਹਤ ਬਾਰੇ ਸਰਪੰਚ ਸਾਹਿਬ ਦੇਸਾ ਸਿੰਘ ਜੀ ਮੇਘਾ ਰਾਏ ਔਰ ਹੁਸ਼ਿਆਰ ਸਿੰਘ ਜੀ ਸਰਪੰਚ ਸਾਹਿਬ ਸਾਬਕਾ ਜਵਾਇਰ ਸਿੰਘ ਵਾਲੇ ਜੋਗਿੰਦਰ ਸਿੰਘ ਜੀ ਮੋਹਨ ਸਿੰਘ ਸਰਪੰਚ ਔਰ ਹੋਰ ਕਈ ਸਾਡੇ ਹਰਭਜਨ ਸਿੰਘ ਬਲਾਕ ਸੰਮਤੀ ਮੈਂਬਰ ਸਾਰਿਆਂ ਨੇ ਬੈਠ ਕੇ ਇਹਨਾਂ ਦਾ ਜਿਹੜਾ ਰਾਜ਼ੀਨਾਮਾ ਆਪਸੀ ਜੋ ਲੈਣ ਦੇਣ ਦਾ ਮਾਮਲਾ ਸੀ ਉਹ ਸਾਰਾ ਬਿਲਕੁਲ ਰਾਜ਼ੀਨਾਮਾ ਕਰਾਤਾ ਅੱਜ ਤੋਂ ਬਾਅਦ ਇਹਨਾਂ ਦਾ ਨਾ ਪਹਿਲਾਂ ਜੇ ਕੋਈ ਮੂਲੀ ਜਿਹਾ ਝਗੜਾ ਸੀ ਅਤੇ ਉਹ ਕੋਈ ਹੈ ਨਹੀਂ ਉਹਦਾ ਸਾਰਾ ਨਿਬੇੜਤਾ ਰਾਜ਼ੀਨਾਮਾ ਕਰਤਾ ਹੁਣ ਅੱਗੇ ਤੋਂ ਵੀ ਨਾ ਕੋਈ ਇਸ ਤਰ੍ਹਾਂ ਝਗੜਾ ਹੋਵੇ ਅਸ ਤਾਂ ਕਹਿੰਦੇ ਦੋਵੇਂ ਭਰਾ ਦਾ ਇਕੱਠੇ ਤੌਰ 'ਤੇ ਰਹਿਣ ਕੋਈ ਇਹੋ ਜਿਹੀ ਗੱਲਬਾਤ ਨਾ ਹੋਵੇ ਦੋਨਾਂ ਘਰਾਂ ਨੂੰ ਸਰ ਇਹ ਫੈਸਲਾ ਮਨਜ਼ੂਰ ਹੈ ਬਿਲਕੁਲ ਜੀ ਬਿਲਕੁਲ ਦੋਵੇਂ ਘਰ ਸਾਡੇ ਤੋਂ ਬਰਾਦਰੀ ਤੋਂ ਕਦੇ ਵੀ ਭੱਜ ਨਹੀਂ ਸਕਦਾ ਹੁੰਦਾ ਪੰਚਾਇਤ ਤੋਂ ਕਦੇ ਨਾ ਇਹਨਾਂ ਨੇ ਮਨਾ ਕੀਤਾ ਨਾ ਉਹਨਾਂ ਨੇ ਮਨਾ ਕੀਤਾ ਦੋਨਾਂ ਘਰਾਂ ਦਾ ਜੋ ਅਸੀਂ ਰਾਜ਼ੀਨਾਮਾ ਕਰਾ ਤਾ ਉਹਦੇ 'ਤੇ ਬਿਲਕੁਲ ਸੰਤੁਸ਼ਟ ਨੇ ਖੁਸ਼ ਨੇ ਕੋਈ ਪਹਿਲਾਂ ਦਰਖਾਸਤਾਂ ਜਿਹੜੀਆਂ ਦਿੱਤੀਆਂ ਹੋਈਆਂ ਸੀਗੀਆਂ ਉਹ ਦਰਖਾਸਤਾਂ ਬਿਲਕੁਲ ਅਸੀਂ ਸਾਰੀਆਂ ਵਾਪਸ ਕਰਵਾ ਦਿੱਤੀਆਂ ਨੇ ਜੇ ਕੋਈ ਪੈਂਡਿੰਗ ਪਈ ਹੈ ਉਹ ਅਸੀਂ ਵਾਪਸ ਕਰਵਾ ਦੇਵਾਂਗੇ ਇਸ ਤੋਂ ਬਾਅਦ ਇਹ ਇਕੱਠੇ ਤੌਰ 'ਤੇ ਚੱਲਣਗੇ ਜਿਵੇਂ ਵੱਡੇ ਛੋਟਾ ਭਰਾ ਮਾਂ ਬਾਪ ਜਿਵੇਂ ਚੱਲਦੇ ਆ ਉਸ ਤਰ੍ਹਾਂ ਇਹ ਭਾਊ ਪੂਰਨ ਜੀ ਵੱਡੇ ਭਰਾ ਸੀ ਸਾਡੇ ਪਿਓ ਦੀ ਪੱਗ ਬੰਨੀ ਸੀ ਵੱਡੇ ਭਰਾ ਦੀ ਤਰ੍ਹਾਂ ਅਸੀਂ ਪਿਓ ਦੀ ਤਰ੍ਹਾਂ ਹੀ ਇਹਦਾ ਮਾਣ ਸਨਮਾਨ ਕਰਦੇ ਰਹਾਂਗੇ ਇਹ ਕਹਿਣਾ ਚਾਹੁੰਦੇ ਸਰ ਜਿਹਨਾਂ ਦਾ ਕੰਪਰੋਮਾਈਜ਼ ਹੋਇਆ ਜੀ ਬਹੁਤ ਵਧੀਆ ਹੋਇਆ ਜੀ ਆਪਣੇ ਮਲਕੀਤ ਸਿੰਘ ਹੀਰਾ ਸਾਹਿਬ ਆਪਣੇ ਹੁਸ਼ਿਆਰ ਸਿੰਘ ਸਰਪੰਚ ਮੋਹਨ ਸਿੰਘ ਸਰਪੰਚ ਦੇਸਾ ਸਰਪੰਚ ਪਿੰਡ ਮੋੜਕੇਤਾੜ ਆਪਣੇ ਜਗਿੰਦਰ ਸਿੰਘ ਚੱਪਾੜਿੱਕੀ ਵਾਲੇ ਅਸੀਂ ਹੋਰ ਵੀ ਹੈਗੇ ਸੀ ਮੈਂਬਰ ਪੰਚਾਇਤ ਵਾਲੇ ਬੈਠ ਕੇ ਅਸੀਂ ਇਹਨਾਂ ਦਾ ਆਪੁਰ ਵਿੱਚ ਚੇਅਰਮੈਨ ਸਾਹਿਬ ਅਤੇ ਪੂਰਨ ਸਿੰਘ ਦਾ ਇਹ ਦੋਨੇ ਭਰਾ ਦਾ ਆਪਸ ਵਿੱਚ ਇਹਨਾਂ ਦਾ ਅਸੀਂ ਬੜਾ ਵਧੀਆ ਇਹਨਾਂ ਦਾ ਮੈਕਰੋ ਕਰਾਇਆ ਬੜਾ ਵਧੀਆ ਇਹਨਾਂ ਦਾ ਅਸੀਂ ਆਪਣਾ ਦਾ ਇਹਨਾਂ ਦਾ ਅਸੀਂ ਫੈਸਲਾ ਕੀਤਾ ਜੀ ਇਹਨਾਂ ਦਾ ਜ਼ਮੀਨ ਦਾ ਕੁਛ ਝਗੜਾ ਸੀ ਇਹਨਾਂ ਦਾ ਆਪਸ ਵਿੱਚ ਅਸੀਂ ਝਗੜਾ ਇਹਨਾਂ ਦਾ ਬੜੇ ਵਧੀਆ ਨਾਲ ਸਾਰੇ ਪੰਚਾਇਤ ਨੇ ਇਕੱਠਾ ਕਰਕੇ ਇਹਨਾਂ ਆਪਣੇ ਬੈਠ ਕੇ ਸਾਰਾ ਅਤੇ ਅਸੀਂ ਇਹਨਾਂ ਦਾ ਫੈਸਲਾ ਕਰਵਾ ਦਿੱਤਾ ਜੀ ਇਹਨਾਂ ਦਾ ਫੈਸਲਾ ਬਹੁਤ ਵਧੀਆ ਇਹਨਾਂ ਦਾ ਹੋਇਆ ਜੀ ਸਰ ਜਿਹੜਾ ਅਸੀਂ ਫੈਸਲਾ ਕੀਤਾ ਇਹਨਾਂ ਦੋਨਾਂ ਭਰਾਵਾਂ ਨੇ ਮੰਨਿਆ ਛਿੰਦਾ ਸਿੰਘ ਹੈਗਾ ਇਹਨਾਂ ਬ੍ਰਦਰ ਚੇਅਰਮੈਨ ਦਾ ਭਰਾ ਜੀ ਅਸੀਂ ਹੁਣ ਵਿੱਚ ਬਿਠਾ ਕੇ ਉਹਨਾਂ ਗੱਲ ਕੀਤੀ ਸੀ ਸਾਰਿਆਂ ਨੇ ਹੁਣ ਸਾਡਾ ਫੈਸਲਾ ਜਿਹੜਾ ਬਹੁਤ ਵਧੀਆ ਬੜਾ ਵਧੀਆ ਬਣਿਆ ਜੀ ਉਹਨਾਂ ਨੇ ਸਾਡਾ ਫੈਸਲਾ